ਮੌਕੇ ਅਨੁਸਾਰ ਢੁਕਵਾਂ ਉੱਤਰ ਸੁਝਣਾ ਯੋਗਤਾ ਦਾ ਪ੍ਰਮਾਣ ਹੁੰਦਾ ਹੈ। ਰੇਲਵੇ ਵਿੱਚ ਅਧਿਕਾਰੀਆਂ ਨੂੰ ਪਰਿਵਾਰਕ ਪਾਸ ਮਿਲਦੇ ਹਨ। ਇੱਕ ਵਾਰੀ ਇੱਕ ਵੱਡੇ ਅਧਿਕਾਰੀ ਦੀ ਅਨਪੜ੍ਹ ਮਾਂ ਹੋਰ ਜੀਆਂ ਨਾਲ ਉਤਲੇ ਦਰਜੇ ਦੇ ਡੱਬੇ 'ਚ ਯਾਤਰਾ ਕਰ ਰਹੀ ਸੀ ਅਤੇ ਇੱਕ ਸਟੇਸ਼ਨ 'ਤੇ ਉਹ ਆਪਣੇ ਡੱਬੇ ਦੇ ਬਾਹਰ ਪਲੇਟਫਾਰਮ 'ਤੇ ਖਲੋਤੀ ਸੀ। ਉਹਨੂੰ ਵੇਖ ਕੇ ਇੱਕ ਜਨਾਨਾ ਸਵਾਰੀ ਨੇ ਉਹਨੂੰ ਆਪਣੀ ਟਿਕਟ ਵਿਖਾਉਂਦਿਆਂ ਪੁੱਛਿਆ, ਬੀਬੀ ਜੀ ਵੇਖ ਕੇ ਦੱਸਣਾ ਇਹ ਟਿਕਟ ਕਿਹੜੇ ਡੱਬੇ ਦੀ ਹੈ? ਆਲੇ ਦੁਆਲੇ ਹੋਰ ਲੋਕ ਵੀ ਖੜ੍ਹੇ ਸਨ, ਹੋਰ ਅਧਿਕਾਰੀਆਂ ਦੇ ਮਾਪੇ ਵੀ ਸਨ। ਅਨਪੜ੍ਹ ਮਾਂ ਨੇ ਆਪਣੇ ਅਫਸਰ ਪੁੱਤਰ ਦੀ ਇੱਜ਼ਤ ਦੀ ਰਾਖੀ ਕਰਦਿਆਂ ਕਿਹਾ, ਮੈਂ ਜ਼ਰੂਰ ਦੱਸ ਦਿੰਦੀ ਪਰ ਮੇਰੀ ਐਨਕ ਘਰ ਰਹਿ ਗਈ ਹੈ। ਧੰਨਵਾਦ।